हटो इत्थों दी, अज ये दरवाजा मैं आप खोल दी। जय माँ काली। पै गया स्यापा, ये कुड़ी कौन है? इस कुड़ी दे आंदे हैं, ये कुंड उड़ना बंद किता हो गया? एक घंटे पहला मैं तुहाडे तो दूर हो जान करके रो रही सी। दादा जी ठीक कह रहे सी, मैं किते भी चली जावा, मेरी माँ काली हमेशा मेरे नाल रहंदी है। ते वेखो, तुसी एथे ही हो। एक गल दसा माँ, हुन मैनू किसी भी गल दी कोई फिक्र नहीं है। फिर कौन है कुड़ी जिन्ने मेरी इजाजत तो बिना मेरे मत्था टेकन तो पहला इस मंदिर च पैर रखिया? ए कुड़ी अंदर क्यों चली गई? अजे तां मां दी गल्ला ने मत्था भी नहीं टेकया सी। पर ए हे मां काली, ए मैं की कर दित्ता? हे माँ काली, तुहाडे दर्शन करन लई इन्ने सवाल, तुसी जानदे हो ना माँ, मैं बस तुहाडे जयकारियां दी आवाज सुन के अंदर आई सी ताकि मैं तुहाडे चरणां विच मत्था टेक सकां, तुहाडा आशीर्वाद ले सकां। तुहाडे दर्शनां दी भुख विच इह ख्याल ही नहीं रहा कि इस जगह दे भी कुछ नियम ने। तू कौन है ते इत्थे की कर रही है? चल बाहर, इन्हू बाहर लेके चलो। काव्या पुत्र, मैनू लगता है इस कुड़ी नू मैं किधरे देखे है। ये तो ओही कुड़ी है ना जेड़ी अपने दादे नाल साडे घर आई सी। हाँ दादी,
ਇਹ ਤਾਂ ਯਸ਼ ਅੰਕਲ ਦੀ ਪੋਤਰੀ ਹੈ। ਉਸ ਦਿਨ ਸਾਡੇ ਘਰੇ ਪੂਜਾ ਕਰਨ ਆਏ ਸੀ ਨਾ, ਉਹ ਨੇ ਇਹ। ਤੇ ਇੱਥੇ ਕੀ ਕਰ ਰਹੀ ਹੈ? ਨਾਲੇ ਇਹਨੇ ਇਹ ਵਿਆਹ ਵਾਲਾ ਜੋੜਾ ਕਿਉਂ ਪਾਇਆ? ਯਸ਼ਦੀਪ ਭਾਈ ਸਾਹਿਬ ਤੇ ਕਿਤੇ ਨਜ਼ਰ ਨਹੀਂ ਆ ਰਹੇ। ਦਿਵਿਆਨਾ ਮਾਂ, ਇਹ ਤੇ ਪੰਡਿਤ ਜੀ ਦੀ ਪੋਤਰੀ ਹੈ ਜਿਹੜੀ ਮਾਂ ਕਾਲੀ ਦੀ ਮਹਾਆਰਤੀ ਤੇ ਇੱਥੇ ਆਈ ਸੀ। ਇਹ ਉਸ ਦਿਨ ਦੀ ਗੱਲ ਹੈ, ਮੈਂ ਅੱਜ ਦੀ ਗੱਲ ਦਾ ਜਵਾਬ ਮੰਗ ਰਹੀ ਹਾਂ। ਅਸੀਂ ਤਾਂ ਅੱਜ ਕਿਸੇ ਨੂੰ ਵੀ ਪੂਜਾ ਲਈ ਜਾਂ ਭਜਨ ਕੀਰਤਨ ਲਈ ਇੱਥੇ ਨਹੀਂ ਬੁਲਾਇਆ। ਦੱਸ, ਤੂੰ ਇੱਥੇ ਕਿੱਦਾਂ ਆਈ? ਤੈਨੂੰ ਅੰਦਰ ਕਿੰਨੇ ਆਣ ਦਿੱਤਾ? ਮਾਂ ਕਾਲੀ, ਹੁਣ ਮੈਂ ਇਹਨਾਂ ਨੂੰ ਕੀ ਜਵਾਬ ਦੇਵਾਂ? ਇਹ ਮੇਰੇ ਨਾਲ ਇੱਥੇ ਆਈ ਹੈ। ਸ਼ਿਵਿਕਾ ਤੂੰ ਠੀਕ ਹੈ ਨਾ? ਪਰਚਾਈ ਜੀ, ਇਸ਼ਾਨ ਨੂੰ ਪੁੱਛੋ ਕਿ ਇਹ ਕੁੜੀ ਇਹਦੇ ਨਾਲ ਕਿਉਂ ਆਈ ਹੈ। ਇਸ਼ਾਨ, ਸ਼ਿਵਿਕਾ ਤੇਰੇ ਨਾਲ ਇੱਥੇ ਆਈ ਹੈ? ਹਾਂਜੀ ਦਾਦੀ, ਸ਼ਿਵਿਕਾ ਇੱਥੇ ਮੇਰੇ ਨਾਲ ਆਈ ਹੈ। ਪਰ ਕਿਉਂ ਇਸ਼ਾਨ, ਸਭ ਠੀਕ ਤਾਂ ਹੈਗਾ? ਪਰ ਇਹ ਇਦਾਂ ਦੇ ਕੱਪੜਿਆਂ 'ਚ ਇੱਥੇ ਕਿਉਂ ਆਈ ਹੈ? ਪੁੱਤਰ, ਇਹ ਕਿਸੇ ਮੰਦਿਰ ਦੀ ਚਾਕੀ 'ਚ ਪਾਰਵਤੀ ਬਣ ਕੇ ਗਈ ਸੀ। ਇਹਦਾ ਪਹਿਰਾਵਾ ਕੁਛ ਵੱਖ ਹੀ ਲੱਗ ਰਿਹਾ। ਹਾਂਜੀ ਵੀਰ ਜੀ, ਇਹ ਤਾਂ ਦੁਲਹਨ ਦੇ ਕੱਪੜੇ ਨੇ ਨਾ। ਮੈਨੂੰ ਇੰਨਾ ਤਾਂ ਪਤਾ ਸੀ ਕਿ ਮੇਰੇ ਤੋਂ ਕਈ ਸਵਾਲ ਪੁੱਛੇ ਜਾਣਗੇ, ਪਰ ਇੰਨੇ ਪੁੱਛੇ ਜਾਣਗੇ ਇਹ ਨਹੀਂ ਮੈਂ ਸੋਚਿਆ ਸੀ। ਐਨੀਵੇਜ਼, ਹੁਣ ਸਭ ਨੂੰ ਸੱਚ ਦੱਸਣਾ ਹੀ ਪਏਗਾ। ਇਸ਼ਾਨ, ਇਹ ਤੇਰੇ ਨਾਲ ਇੱਥੇ ਕਿਉਂ ਆਈ ਹੈ? ਇਸ਼ਾਨ, ਇਹਦੇ ਪਰਿਵਾਰ ਵਾਲੇ ਕਿੱਥੇ ਨੇ? ਉਹਨਾਂ ਨੂੰ ਪਤਾ ਸੀ ਵੀ ਕਿ ਇੱਥੇ ਆ? ਉਹ ਵੀ ਪਟਿਆਲੇ ਆਏ ਹੋਏ ਨੇ ਕਿ? ਇਸ਼ਾਨ, ਸਾਡੇ ਸਭ ਦੇ ਬੱਚੇ ਸਵਾਲ ਚੱਲ ਰਹੇ ਨੇ। ਸਹੀ ਦੱਸ, ਕੱਲ ਕੀ ਹੈ? ਪਹਿਲਾਂ ਤਾਂ ਤੂੰ ਟਾਈਮ ਸਿਰ ਪੂਜਾ ਲਈ ਨਹੀਂ ਆਇਆ ਇਸ਼ਾਨ, ਤੇ ਦੂਜਾ ਇਸ ਬਦਤਮੀਜ਼ ਕੁੜੀ ਨੂੰ ਨਾਲ ਲੈ ਆਇਆ ਜਿਹੜੀ ਮੰਦਿਰ ਦੇ ਸਾਰੇ ਨਿਯਮ ਤੋੜਦੇ ਹੋਏ ਮੇਰੀ ਇਜਾਜ਼ਤ ਤੋਂ ਬਿਨਾਂ ਇਸ ਮੰਦਿਰ 'ਚ ਮਾਂ ਕਾਲੀ ਕੋਲ ਪਹੁੰਚ ਗਈ। ਅੱਜ ਤੱਕ ਇੱਦਾਂ ਕਦੇ ਵੀ ਨਹੀਂ ਹੋਇਆ ਕਿ ਮੇਰੇ ਤੋਂ ਪਹਿਲਾਂ ਕਿਸੇ ਹੋਰ ਨੇ ਮਾਂ ਕਾਲੀ ਦੇ ਦਰਸ਼ਨ ਕੀਤੇ ਹੋਣ। ਔਰ ਇਸ ਕੁੜੀ ਨੇ ਇਸ ਮੰਦਿਰ ਦੇ ਸਾਰੇ ਨਿਯਮ ਤੋੜ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਮਾਂ ਦਿਵਿਆਨਾ, ਮਾਫ ਕਰਨਾ, ਪਰ ਮੈਨੂੰ ਲੱਗਿਆ ਮਾਂ ਕਾਲੀ ਦਾ ਦਰਬਾਰ ਹੈ ਤਾਂ ਕੋਈ ਵੀ ਮੱਥਾ ਟੇਕਣ ਜਾ ਸਕਦਾ ਹੈ। ਫਿਰ ਮਾਂ ਕਾਲੀ ਲਈ ਤਾਂ ਉਹਨਾਂ ਦੇ ਸਾਰੇ ਬੱਚੇ ਇੱਕ ਬਰਾਬਰ ਹੁੰਦੇ ਨੇ ਨਾ। ਜਿੱਦਾਂ ਹੀ ਮੈਂ ਮਾਂ ਦੇ ਜੈਕਾਰੇ ਦੀ ਆਵਾਜ਼ ਸੁਣੀ, ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਈ ਤੇ ਭੱਜੀ ਮਾਂ ਦੇ ਦਰਸ਼ਨ ਲਈ ਇੱਥੇ ਆ ਗਈ। ਮੇਰੇ ਪਿੰਡ ਦੇ ਮੰਦਿਰ ਵਿੱਚ ਮੈਂ ਮਾਂ ਕਾਲੀ ਦੇ ਭਜਨ ਗਾਉਂਦੀ ਸੀ ਤੇ ਮਾਂ ਉਹਦੇ ਤੋਂ ਖੁਸ਼ ਹੋ ਕੇ ਆਪਣੇ ਪੱਟ ਆਪਣੇ ਆਪ ਖੋਲ੍ਹ ਦਿੰਦੀ ਸੀ। ਬਸ